ਬਹੁਤ ਇਤਿਹਾਸਕ ਦਿਨ ਆ। 29 ਮਈ ਦੇ ਬਾਅਦ ਜੇ ਕੋਈ ਪੰਜਾਬ ਚ ਇਤਿਹਾਸਕ ਦਿਨ ਆ ਤਾਂ ਉਹ ਅੱਜ ਦਾ ਏ। ਅੱਜ ਬਹੁਤ ਖੁਸ਼ੀਆਂ ਨੇ, ਹਵੇਲੀ ਨੂੰ ਭਾਗ ਲੱਗੇ ਨੇ, ਪਰਮਾਤਮਾ ਨੇ ਭਾਗ ਲਾਏ ਨੇ। ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਦੇ ਉੱਪਰ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਸਿੱਧੂ ਮੂਸੇਵਾਲਾ ਦੀ ਹਵੇਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਸਿੱਧੂ ਦੇ ਫੈਨਸ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਸਿੱਧੂ ਮੂਸੇਵਾਲਾ ਦੀ ਜਿੱਥੇ ਯਾਦਗਾਰ ਬਣਾਈ ਹੋਈ ਆ ਉੱਥੇ ਲੋਕ ਪਹੁੰਚ ਰਹੇ ਨੇ, ਲੱਡੂ ਵੰਡੇ ਜਾ ਰਹੇ ਨੇ। ਦੱਸਦੀ ਕਿ ਅੱਜ ਸਵੇਰੇ ਹੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਦੇ ਵੱਲੋਂ, ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਘਰ ਬੇਟੇ ਦਾ ਜਨਮ ਹੋਇਆ, ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਜਿਹੜੇ ਫੈਨਸ ਨੇ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਮੁੜ ਆ ਚੁੱਕਿਆ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਛੋਟਾ ਸਿੱਧੂ ਮੂਸੇਵਾਲਾ ਆਇਆ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਵੇਲੀ 'ਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ, ਹਵੇਲੀ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਲੰਡੂ ਵੰਡੇ ਜਾ ਰਹੇ ਨੇ ਉਹਨਾਂ ਦੇ ਵੱਲੋਂ। ਇਸ ਦੇ ਨਾਲ ਹੀ ਰੌਣਕਾਂ ਜਿਹੜੀਆਂ ਨੇ ਹਵੇਲੀ ਦੇ ਵਿੱਚ ਮੁੜ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ, ਜਿੱਥੇ ਬੀਤੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਹਵੇਲੀ ਦੀਆਂ ਰੌਣਕਾਂ ਗਾਇਬ ਹੋ ਚੁੱਕੀਆਂ ਸੀ, ਪਰਿਵਾਰ ਉਸਦਾ ਇਕੱਲਾ ਰਹਿ ਚੁੱਕਿਆ ਸੀ, ਮਾਪੇ ਇਕੱਲੇ ਸੀਗੇ। ਉਸ ਤੋਂ ਬਾਅਦ ਅੱਜ ਸਿੱਧੂ ਮੂਸੇਵਾਲਾ ਦੀ ਮਾਂ ਦੇ ਬੇਟੇ ਦੇ ਜਨਮ ਦਿਨ ਤੋਂ ਬਾਅਦ ਹੁਣ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਕਿਲਕਾਰੀਆਂ ਗੂੰਜ ਰਹੀਆਂ ਨੇ। ਉੱਥੇ ਦੱਸਦੀ ਕਿ ਹੁਣ ਖੁਸ਼ੀਆਂ ਨੇ ਦਸਤਕ ਦਿੱਤੀ ਹੈ ਉਹਨਾਂ ਦੇ ਘਰ ਦੇ ਵਿੱਚ, ਅਤੇ ਹੁਣ ਮੁੜ ਇਸ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜਣਗੀਆਂ। ਕਾਫੀ ਸਮੇਂ ਤੋਂ ਹਵੇਲੀ ਸੁੰਨੀ ਪਈ ਹੋਈ ਸੀ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ, ਅਤੇ ਉੱਥੇ ਮੁੜ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਵੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਦੱਸਦੀ ਕਿ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਵਿੱਚ ਇਸ ਖੁਸ਼ੀ ਨੂੰ ਸੈਲੀਬ੍ਰੇਟ ਵੀ ਕੀਤਾ ਗਿਆ, ਖੁਸ਼ੀ ਮਨਾਉਂਦਾ ਹੋਇਆ ਨਜ਼ਰ ਆ ਰਿਹਾ। ਕੇਕ ਕੱਟਿਆ ਜਾ ਰਿਹਾ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬੈਠੇ ਹੋਏ ਨੇ, ਸਿੱਧੂ ਮੂਸੇਵਾਲਾ ਦੀ ਮਾਂ ਬੈਠੇ ਹੋਏ ਨੇ। ਉਹਨਾਂ ਨੇ ਆਪਣੇ ਹੱਥ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਗੋਦੀ ਚੱਕਿਆ ਹੋਇਆ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਤਸਵੀਰ ਲਗਾਈ ਹੋਈ ਹੈ ਜਿਸ ਦੇ ਵਿੱਚ ਲਿਖਿਆ ਕਿ ਲੈਜੈਂਡਸ ਨੈਵਰ ਡਾਈ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕੇਕ ਕੱਟ ਕੇ ਆਪਣੀ ਖੁਸ਼ੀ ਨੂੰ ਮਨਾਇਆ ਜਾ ਰਿਹਾ। ਦੱਸਦੇ ਕਿ ਅੱਜ ਸਵੇਰੇ ਹੀ ਸਿੱਧੂ ਦੇ ਪਿਤਾ ਦੇ ਵੱਲੋਂ ਜਾਣਕਾਰੀ ਦਿੱਤੀ ਸੀਗੀ ਕਿ ਉਹਨਾਂ ਦੇ ਘਰ ਬੇਟੇ ਦੀ ਦਾਤ ਗੁਰੂ ਸਾਹਿਬ ਨੇ ਬਖਸ਼ੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਸਦੀ ਜਾਣਕਾਰੀ ਸਾਂਝੀ ਕੀਤੀ ਸੀਗੀ। ਦੱਸਦੇ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਮਾਪੇ ਇਕੱਲੇ ਰਹਿ ਗਏ ਸੀ, ਇਨਸਾਫ ਦੀ ਗੁਹਾਰ ਲਗਾ ਰਹੇ ਸੀ ਲਗਾਤਾਰ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ IVF ਤਕਨੀਕ ਦਾ ਸਹਾਰਾ ਲਿਆ ਗਿਆ ਅਤੇ ਉਹਨਾਂ ਦੇ ਵੱਲੋਂ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਗਿਆ। ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਮੁੜ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਉੱਥੇ ਦੱਸਦੇ ਕਿ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਵਿੱਚ ਹਵੇਲੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇਸ ਸਮੇਂ ਰੌਣਕਾਂ ਲੱਗੀਆਂ ਹੋਈਆਂ ਨੇ ਅਤੇ ਸਿੱਧੂ ਮੂਸੇਵਾਲਾ ਦੇ ਫੈਨਸ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਖੁਸ਼ੀ ਨੂੰ ਸਾਰਿਆਂ ਦੇ ਨਾਲ ਮਨਾਇਆ ਜਾ ਰਿਹਾ। ਅਸੀਂ ਸਵੇਰੇ ਜਦੋਂ ਪੋਸਟ ਦੇਖੀ ਉਹਦੇ ਬਾਅਦ ਅਸੀਂ ਤਿਆਰ ਹੋ ਕੇ ਸਿੱਧਾ ਮੂਸੇ ਨੂੰ ਗੱਡੀ ਪਾਈ ਆ। ਕਿਵੇਂ ਦੇਖਦੇ ਹੋ ਅੱਜ ਵੀਰੇ? ਇਤਿਹਾਸਕ ਦਿਨ ਆ, ਬਹੁਤ ਇਤਿਹਾਸਕ ਦਿਨ ਆ। 29 ਮਈ ਦੇ ਬਾਅਦ ਜੇ ਕੋਈ ਪੰਜਾਬ 'ਚ ਇਤਿਹਾਸਕ ਦਿਨ ਆ ਤਾਂ ਉਹ ਅੱਜ ਦਾ ਏ, ਕਿਉਂਕਿ ਜਿਹੜਾ ਸਿੱਧੂ ਗਿਆ ਸੀ ਉਹੀ ਸਿੱਧੂ ਦੁਬਾਰਾ ਵਾਪਸ ਉਸੇ ਘਰੇ ਉਸੇ ਦਿਨ ਜਨਮ ਹੋਇਆ, ਤੇ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਦਿਨ ਆ। ਅੱਜ ਦਾ ਪੂਰੇ ਪੰਜਾਬ ਦੀ ਦੀਵਾਲੀ ਅੱਜ ਆ। ਕਿਵੇਂ ਦੇਖਦੇ ਹੋ ਦੁਬਾਰਾ? ਕਿਉਂਕਿ ਇਹ ਜਿਹੜਾ ਇਨਸਾਫ ਕਰਿਆ ਇਹ ਤਾਂ ਪਰਮਾਤਮਾ ਨੇ ਇਨਸਾਫ ਕਰਿਆ, ਕਿਉਂਕਿ ਸਰਕਾਰ ਤੋਂ ਕੋਈ ਇਨਸਾਫ ਨਹੀਂ ਸੀ। ਪਰਮਾਤਮਾ ਨੇ ਉਹੀ ਘਰੇ ਉਹੀ ਮਾਂ ਦੇ ਕੁੱਖੋਂ ਦੁਬਾਰਾ ਖੁਸ਼ੀਆਂ ਬਖਸ਼ੀਆਂ ਨੇ, ਉਹੀ ਪਿਤਾ ਦੇ ਹੱਥੋਂ ਦੁਬਾਰਾ ਬੱਚੇ ਦਾ ਜਨਮ ਹੋਇਆ, ਸਾਰਾ ਕੁਛ ਪਰਮਾਤਮਾ ਨੇ ਕਰਿਆ, ਕਿਉਂਕਿ ਸਰਕਾਰ ਤੋਂ ਕੋਈ ਉਮੀਦ ਨਹੀਂ ਸੀ। ਪਰਮਾਤਮਾ ਨੇ ਇਨਸਾਫ ਕਰਿਆ ਤੇ ਅੱਜ ਦੁਬਾਰਾ ਬੈਰੀਆਂ ਦੇ ਉਹੀ ਕੀਰਨੇ ਪੈ ਰਹੇ ਨੇ, ਤੇ ਦੁਬਾਰਾ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਲੱਗਦਾ ਹੈ ਕਿ ਅਸੀਂ ਇਨਸਾਫ ਦੇਣ ਤੇ ਨਾ ਕਾਮਯਾਬ ਰਹੇ, ਤੇ ਇਹ ਪਰਮਾਤਮਾ ਵੱਲੋਂ ਇਨਸਾਫ ਦੀ ਇੱਕ ਝਲਕ ਸੀਗੀ। ਸਿੱਧੂ ਉਹ ਤਾਂ ਵੀਰੇ ਅਮਰ ਹੋ ਗਿਆ, ਸਿੱਧੂ ਮੁੱਕਿਆ, ਉਹ ਕਦੇ ਵੀ ਨਹੀਂ ਮੁੱਕ ਸਕਦਾ, ਉਹ ਤਾਂ ਦਿਲਾਂ 'ਚ ਰਾਜ ਕਰਦਾ ਸਾਡੇ। ਅੱਜ ਵੀ ਉਹਦੇ ਹੀ ਗਾਣੇ ਚੱਲਦੇ ਨੇ, ਕਿਸੇ ਹੋਰ ਦੇ ਕੋਈ ਗਾਣਾ ਨਹੀਂ ਚੱਲਦਾ ਹੈਗਾ ਜੀ। ਅੱਜ ਦੁਬਾਰਾ ਉਹੀ ਦਿਨ ਵਾਪਸ ਆਇਆ। ਸਪੈਸ਼ਲ ਆਏ ਜਦ ਪਤਾ ਲੱਗ ਗਿਆ ਨਾ 6 ਵਜੇ ਵੀ ਜਨਮ ਹੋਇਆ ਕੱਕਾ ਦਾ, ਫਿਰ ਅਸੀਂ ਉੱਧਰ ਚੱਲ ਨਹੀਂ ਪਾਤੇ ਸੀ। ਜਿਹੜੇ ਅੱਜ ਬਹੁਤ ਖੁਸ਼ੀਆਂ ਨੇ, ਹਵੇਲੀ ਨੂੰ ਭਾਗ ਲੱਗੇ ਨੇ, ਪਰਮਾਤਮਾ ਨੇ ਭਾਗ ਲਾਏ ਨੇ।
ਉਹੀ ਸਿੱਧੂ ਮੁੜ ਕੇ ਆ ਗਿਆ। ਜਿਵੇਂ ਹਰ ਪਾਸੇ ਲਹਿਰ ਦੀ ਖੁਸ਼ੀ ਦੀ ਲਹਿਰ ਬਹੁਤ ਚੱਲ ਰਹੀ ਆ, ਪੂਰੇ ਪੰਜਾਬ ਚ ਨੀ ਪੂਰੇ ਵਰਲਡ ਚ ਚੱਲ ਰਹੀ ਅੱਜ ਤਾਂ। ਸਿੱਧੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨਹੀਂ, ਉਹ ਮੁੱਕਣ ਵਾਲਾ ਹੈ ਹੀ ਨਹੀਂ ਬੇਟਾ, ਸਿੱਧੂ ਮੁੱਕਣਾ ਥੋੜੀ ਆ, ਉਹ ਤਾਂ ਦੁਨੀਆ ਮੁੱਕ ਜੂ, ਸਿੱਧੂ ਨਹੀਂ ਮੁੱਕੂਗਾ, ਸਿੱਧੂ ਤਾਂ ਅਮਰ ਹੈ, ਸਦਾ ਲਈ ਅਮਰ ਹੈ। ਬਹੁਤ ਬਹੁਤ ਪਿਆਰ ਤਾਂ ਬਸ ਹੁਣ ਕੁਛ ਦੱਸ ਹੀ ਨਹੀਂ ਸਕਦੇ ਅਸੀਂ, ਬਿਆਨ ਨਹੀਂ ਸਾਡੇ ਕੋਲ ਪਿਆਰ ਦਾ, ਇੰਨਾ ਕੁ ਅਸੀਂ ਪਿਆਰ ਕਰਦੇ ਹਾਂ। ਅੱਜ ਹਵੇਲੀ ਨੂੰ ਭਾਗ ਲੈਂਦੇ ਅਸੀਂ, ਮੱਥਾ ਟੇਕਦੇ ਹਾਂ, ਧਰਤੀ ਭਾਗਾਂ ਵਾਲੀ ਜਿੱਥੇ ਛੋਟੇ ਸਿੱਧੂ ਦਾ ਜਨਮ ਹੋਇਆ।